ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੋਰੀ ਲਾਲ ਜੀ, ਅੰਬਾਲੇ ਤੋਂ ਬਿਲੋਂਗ ਕਰਦਾ। ਓਕੇ ਜੀ, ਇੱਥੇ ਕਿਵੇਂ ਆਉਣਾ ਹੋਇਆ, ਕੀ ਤਕਲੀਫ ਸੀ ਤੁਹਾਨੂੰ? ਮੈਨੂੰ ਕੈਂਸਰ ਦੀ ਬਿਮਾਰੀ ਸੀ ਜੀ ਪਹਿਲੇ। ਅੱਛਾ। ਤੇ ਛੋਟੇ ਬ੍ਰਦਰ ਨੇ ਮੇਰੇ ਯਹਾਂ ਆਪਣੀ ਮਿਸਿਸ ਦਾ ਆਪਰੇਸ਼ਨ ਇਲਾਜ ਕਰਾਇਆ ਥਾ, ਉਨਕੋ ਥੀ ਆਪਣਾ ਹਰਨੀਆ ਥੀ, ਵਿਦਆਊਟ ਆਪਰੇਸ਼ਨ ਯਹਾਂ ਬੈਜੀ ਕੇ ਪਾਸ ਆਪਰੇਸ਼ਨ ਦਵਾਈ ਲਈ ਹੈ। ਅੱਛਾ। ਉਹ ਫਿਰ ਬਾਅਦ ਚ ਮੈਨੂੰ ਲੈ ਕੇ ਆਏ, ਮੈਂ 3 ਮਹੀਨੇ 20 ਦਿਨ ਦਵਾਈ ਖਾਧੀ, ਮੇਰਾ ਬਿਲਕੁਲ ਕੈਂਸਰ ਠੀਕ ਹੈ। ਅੱਛਾ, ਕੈਂਸਰ ਕਿਹੜੇ ਸਟੇਜ ਦੇ ਸੀ ਤੁਹਾਨੂੰ? ਮੇਰਾ ਸਟੇਜ ਕੋਈ ਨਹੀਂ ਸੀ, ਉਹ ਦਾ ਗਦੂਦ ਚ ਕੈਂਸਰ ਸੀ। ਅੱਛਾ, ਗਦੂਦ ਦਾ ਦੇ ਨਾਲ ਹੀ ਕੈਂਸਰ ਸੀ। ਮੈਂ 2 ਪ੍ਰੇਸ਼ਨ ਕਰਾ ਚੁੱਕਾ ਸੀ, 2 ਪ੍ਰੇਸ਼ਨ ਦਾ ਮੈਨੂੰ ਆਰਾਮ ਲੱਗਾ ਸੀ। ਓਕੇ। ਹੁਣ ਮੈਨੂੰ ਇੱਥੇ ਆਰਾਮ ਹੈ ਬਿਲਕੁਲ, ਕੋਈ ਨਾਰਮਲੀ ਵੀ ਉਹ ਆਇਆ। ਕਿੰਨੀ ਵਾਰੀ ਦਵਾਈ ਲਈ ਹੈ ਤੁਸੀਂ? ਮੈਂ 3 ਮਹੀਨੇ 20 ਦਿਨ ਦਵਾਈ ਖਾਧੀ ਇੱਥੇ। ਡਾਕਟਰ ਦਾ ਬੜਾ ਧੰਨਵਾਦ ਹੈ ਕਿ ਜਿੱਥੇ ਆਰਾਮ ਰੱਖਿਆ ਸੀ। ਕਿੰਨਾ ਕੁ ਲੰਮਾ ਹੋਰ ਇਲਾਜ ਚੱਲੇਗਾ ਤੁਹਾਡਾ? ਨਹੀਂ, ਹੁਣ ਬਿਲਕੁਲ ਫਿੱਟ ਹੈ ਜੀ, ਉਹਨੇ ਬੰਦ ਕਰਦਾ ਇਲਾਜ। ਅੱਛਾ, ਹਾਂਜੀ। ਕੋਈ ਜ਼ਿਆਦਾ ਮਤਲਬ 3 ਸਾਢੇ 3 ਮਹੀਨੇ ਤੁਸੀਂ ਦਵਾਈ ਲਈ ਹੈ, ਹੁਣ ਤੁਹਾਡਾ ਇਲਾਜ ਬਿਲਕੁਲ ਬੰਦ ਹੈ? ਬਿਲਕੁਲ ਬੰਦ ਜੀ, ਹੱਥ ਪੈਰ ਸਾਰੇ ਕਾਲੇ ਹੋ ਗਏ ਸੀ, ਮੈਂ ਹੁਣ ਬਿਲਕੁਲ ਸਾਫ਼ ਸੁਥਰੇ ਹਾਂ। ਤੇ ਜਿੱਦਾਂ ਤੁਹਾਡੇ ਭਰਾ ਦੀ ਵਾਈਫ, ਜਿੱਦਾਂ ਤੁਸੀਂ ਗੱਲ ਕੀਤੀ ਵੀ ਉਹਨਾਂ ਨੂੰ ਹਰਨੀਆ ਦੀ ਤਕਲੀਫ ਸੀਗੀ, ਉਹਨਾਂ ਦਾ ਕਿਵੇਂ ਇਲਾਜ ਚੱਲ ਰਿਹਾ? ਉਹਨਾਂ ਦਾ ਠੀਕ ਹੈ, ਉਹ ਵੀ ਆਰਾਮ ਹੋ ਗਿਆ। ਉਹਨਾਂ ਨੇ ਕਿੰਨਾ ਟਾਈਮ ਇਲਾਜ ਕਰਵਾਇਆ? ਟਾਈਮ ਨੇ ਦਵਾਈ ਖਾਧੀ ਸੀ, ਬਿਲਕੁਲ ਠੀਕ ਠਾਕ। ਬਿਲਕੁਲ ਠੀਕ, ਬਿਲਕੁਲ ਠੀਕ। ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਤੁਹਾਨੂੰ ਦੇਖ? ਜਿਹੜੇ ਬਾਹਰ ਆਪਰੇਸ਼ਨ ਤੋਂ ਬਚੋ ਤੇ ਇੱਥੇ ਦਵਾਈ ਲੈ ਕੇ ਆਓ, ਆਪਣਾ ਆਰਾਮ ਰੱਖਾਓ, ਕਿਉਂਕਿ ਜਿਹੜੀ ਇੱਥੇ ਸੁਵਿਧਾ ਹੈ, ਜਿਹੜਾ ਬਾਹਰ ਤੋਂ ਪੇਸ਼ੈਂਟ ਆਉਂਦਾ ਹੈ, ਖਾਣੇ ਪੀਣ ਦਾ ਵੀ ਇੰਤਜ਼ਾਮ ਹੈ, ਸਭ ਕੁਝ ਹੈ, ਟਾਈਮ ਦੇ ਨਾਲ ਚਾਹ ਮਿਲਦੀ ਹੈ, ਜੂਸ ਮਿਲਦਾ, ਸਭ ਕੁਝ ਮਿਲਦਾ ਹੈ, ਕੋਈ ਕਿਸੇ ਪ੍ਰੋਬਲਮ ਨਹੀਂ ਹੈ। ਇਹਨਾਂ ਨੇ ਆਟੋ ਵੀ ਲਾਏ ਹੋਏ ਨੇ ਆਪਣੇ, ਕਿ ਜੇ ਬੰਦਾ ਬੱਸ ਜਾਂਦਾ ਆਟੋ ਆਪਣੇ ਕਾਲ ਕਰੇ ਤਾਂ ਆਟੋ ਚੱਲ ਜਾਂਦਾ। ਠੀਕ ਹੈ, ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਨਾਲ ਜੁੜਨ ਦੇ ਲਈ। ਥੈਂਕ ਯੂ ਜੀ।